ਅੱਜ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਦਰਜ ਕੀਤੀ ਹੈ। ਚੋਣ ਦੌਰਾਨ ਕੁੱਲ 137 ਵੋਟਾਂ ਪਈਆਂ। ਉਹਨਾਂ ਵਿਰੋਧੀ ਧਿਰਾਂ ਦੇ ਉਮੀਦਵਾਰ ਬਾਬਾ ਬਲਬੀਰ ਸਿੰਘ ਨੂੰ 76 ਵੋਟਾਂ ਦੇ ਨਾਲ ਹਰਾਇਆ। ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ 118 ਵੋਟਾਂ ਪਈਆਂ। ਦੂਜੇ ਪਾਸੇ ਉਮੀਦਵਾਰ ਸੰਤ ਬਲਬੀਰ ਸਿੰਘ ਨੂੰ 17 ਵੋਟਾਂ ਪਈਆਂ ਹਨ। ਆਓ ਸੁਣਦੇ ਹਾਂ ਜਿੱਤ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਕੁਝ ਕਿਹਾ ਹੈ। ਤਿੰਨ ਵੋਟਾਂ ਸਾਡੀਆਂ ਜਿਹੜੀ ਲਿਖ ਕੇ ਆਈਆਂ ਉਹ ਵਿਚਾਰੇ ਇੱਕ ਐਕਸੀਡੈਂਟ ਹੋ ਗਿਆ, ਉਹ ਵੀ ਤਿੰਨ ਵੋਟਾਂ ਸਾਡੀਆਂ। ਦੋ ਵੋਟਾਂ ਇਹ ਇੰਡੀਕੇਸ਼ਨ ਆ ਕਿ ਪੰਜਾਬ ਦੇ ਲੋਕ ਜਾਂ ਸਮੁੱਚਾ ਸਿੱਖ ਭਾਈਚਾਰਾ ਅਤੇ ਮੈਂਬਰ ਸਾਹਿਬਾਨ ਉਹਨਾਂ ਦਾ ਅੱਜ ਵੀ ਭਰੋਸਾ ਸ਼੍ਰੋਮਣੀ ਅਕਾਲੀ ਦਲ 'ਤੇ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆ। ਇਹ ਅੱਜ ਭਰੋਸਾ ਜਿਹੜਾ ਉਹ ਸਾਫ ਸਾਫ ਜਿਹੜਾ ਆ ਉਹ ਕਲੀਅਰ ਹੋ ਗਿਆ। ਪ੍ਰਧਾਨ ਸਾਹਿਬ ਇਹ ਗੱਲ ਦੱਸੋ ਕਿ ਤੁਸੀਂ ਹੋਮ ਮਿਨਿਸਟਰ ਨੂੰ ਵੀ ਮਿਲੇ ਹੋ, ਤੁਸੀਂ ਇਹਨਾਂ ਨੂੰ ਚਿੱਠੀਆਂ ਵੀ ਪਾਈਆਂ, ਤੁਸੀਂ ਬੇਨਤੀਆਂ ਵੀ ਕੀਤੀਆਂ ਬੰਦੀ ਸਿੱਖਾਂ ਦੀ ਰਿਹਾਈ ਲਈ, ਕੀ ਬੀਜੇਪੀ ਇਜ਼ ਨੋਟ ਸਿੰਸੀਅਰ ਟੂ ਸੋਲਵ ਦਾ ਪ੍ਰੋਬਲਮ ਆਫ ਦਾ ਪੂਰਾ ਵੀ ਉਤਰਨਾ ਚਾਹੀਦਾ ਸੀ। ਅਸੀਂ ਤਾਂ ਹੁਣ ਉਹਨਾਂ ਦੇ ਵਾਅਦੇ ਕੀਤੇ ਨੂੰ ਇਹਨਾਂ ਨੂੰ ਜਗਾ ਰਹੇ ਵੀ ਤੁਸੀਂ ਆ ਵਾਅਦਾ ਕੀਤਾ ਸੀ ਤੇ ਇਹਨੂੰ ਪੂਰਾ ਵੀ ਕਰੋ ਤੇ ਨਹੀਂ ਟਾਈਮ ਦੇਣਗੇ ਫਿਰ ਜਿੱਦਾਂ ਜਾਂਦੇ ਹੁੰਦੇ ਖਾਲਸੇ ਹੋ ਤਾਂ ਜਾਣਾ। ਸਿੰਸੈਰਿਟੀ ਨਹੀਂ ਹੈਗੀ ਉਹਨਾਂ 'ਚ, ਸੋਸਾਇਟੀ ਦਾ ਤੁਸੀਂ ਆਪਣੇ ਆਪ ਤੁਹਾਨੂੰ ਦੀਦੀ ਮੇਰੇ ਤੋਂ ਬਾਅਦ ਤੁਸੀਂ ਪੱਤਰਕਾਰ ਦੀ ਮਹਾਰਤ ਰੱਖਦੇ ਆ। ਦੇਖੋ ਸਮੇਂ ਦੀਆਂ ਕਈ ਵਾਰੀ ਪਰਿਸਥਿਤੀਆਂ ਹੁੰਦੀਆਂ, ਉਹ ਸਮੇਂ ਦੀਆਂ ਪਰਿਸਥਿਤੀਆਂ ਨੇ ਅੱਜ ਪ੍ਰੂਵ ਕਰ ਦਿੱਤਾ ਕਿ ਇਹ ਹਾਊਸ ਦੇ ਮੈਂਬਰ ਸਾਹਿਬਾਨ ਜਾਂ ਬਹੁਤਾਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਆ, ਇਹ ਅੱਜ ਪ੍ਰੂਵ ਹੋ ਗਿਆ। ਦੇਖੋ ਜਿਹੜੇ ਅੱਜ ਆਪ ਸਰਕਾਰ ਆ ਉਹ ਰਾਜਨੀਤਿਕ ਤੌਰ 'ਤੇ ਵੀ ਜੇਲੇ ਕੋਈ ਵਿਰੋਧ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਦਾ ਕਰਦੀ ਆ, ਉਹ ਕਿਸੇ ਹੋਰ ਪਾਰਟੀ ਦੀ ਕੋਈ ਗੱਲ ਨਹੀਂ ਕਰਦੇ ਅਤੇ ਬੰਦਾ ਉਹਦੀ ਗੱਲ ਕਰਦਾ ਹੁੰਦਾ ਜਿਹਦੇ ਤੋਂ ਕਿਸੇ ਨੂੰ ਕੋਈ ਖਤਰਾ ਹੋਵੇ। ਸੋ ਸ਼੍ਰੋਮਣੀ ਅਕਾਲੀ ਦਲ ਇੱਕ ਬਾਹਰ ਪਾਰਟੀ ਆ, ਜਿਸ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਸਾਰੇ ਕਾਰਜਾਂ ਵਿੱਚ ਵਧੇਰੇ ਯੋਗਦਾਨ ਵੀ ਪਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਸਿੱਖ ਮਾਨਸਿਕਤਾ ਜਿਹੜੀ ਉਹ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੀ ਆ ਅਤੇ ਅੱਜ ਵੀ ਮੈਨੂੰ ਆਸ ਆ ਅਤੇ ਪੂਰਨ ਭਰੋਸਾ ਵੀ ਆ ਕਿ ਆਉਂਦੀਆਂ ਚੋਣਾਂ ਦੇ ਵਿੱਚ ਵੋਟਾਂ ਜਿਹੜੀਆਂ ਉਹ ਬਣਾ ਦੇਣੀਆਂ ਚਾਹੀਦੀਆਂ, ਵੋਟਾਂ ਬਣ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਜਿੱਤ। ਬੀਬੀ ਜਗੀਰ ਕੌਰ ਨੇ ਕਿਹਾ ਮਰਿਆਦਾ ਦਾ ਘਾਣ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ ਵੀ, ਕੋਈ ਮਰਿਆਦਾ ਦਾ ਲੰਘਣ ਨਹੀਂ ਹੋ ਰਿਹਾ। ਦੇਖੋ ਇਹ ਐਗਜੈਕਟਿਵ ਦਾ ਮਤਾ ਸੀ, ਜਿਹੜਾ ਪਰਫਿਊਮ ਆ ਤੁਸੀਂ ਪ੍ਰੂਵ ਕਰ ਸਕਦੇ ਵੀ ਉਹਦੇ ਵਿੱਚ ਲੀਕਰ ਹੁੰਦੀ ਆ, ਔਰ ਅਸੀਂ ਪਿਛਲੇ ਸਮੇਂ ਦੌਰਾਨ ਸਿੰਘ ਸਭਾ ਨਾਲ ਬੈਠ ਕੇ ਮੀਟਿੰਗ ਕੀਤੀ ਤੇ ਜੇ ਕੋਈ ਬੰਦਾ ਪਰਫਿਊਮ ਦੇ ਵਿੱਚ ਕੋਈ ਬਿਆਨੀ ਕਰਨੀ ਚਾਹੇ ਤਾਂ ਫਿਰ ਉਹ ਕਈ ਵਾਰੀ ਇੱਦਾਂ ਦੀ ਹਾਲਾਤ ਹੋ ਸਕਦੇ ਆ। ਸੋ ਇਹ ਅਤਰ ਦਾ ਤਾਂ ਸਾਡਾ ਸ਼ੁਰੂ ਤੋਂ ਹੀ ਰਿਹਾ ਹੀ ਆ ਅਤੇ ਅਤਰ ਦਾ ਤੇ ਉਹਦਾ ਫਰਕ ਹੀ ਆ, ਉਹ ਸਪਰੇਅ ਹੁੰਦਾ ਅਤਰ ਜਿਹੜਾ ਉਹ ਲਾਇਆ ਜਾਂਦਾ ਤੇ ਜੇ ਅਤਰ ਲੱਗ ਗਿਆ ਤੇ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਹਰਿਮੰਦਰ ਸਾਹਿਬ ਦੇ ਵਿੱਚ ਇੰਨੀ ਸੰਗਤ ਵੱਧ ਰਹੀ ਹੈ, ਉਹਦੇ ਵਾਸਤੇ ਕੀ ਪ੍ਰਾਇਰਿਟੀ ਦੇ ਦੀ ਪ੍ਰਾਇਰਿਟੀ ਕੀ ਆਈ ਹੈ ਰਸਤਾ ਖੋਲਣਾ ਚਾਹੀਦਾ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ ਯੂਟਿਊਬ ਚੈਨਲ।